ਗੁਰਮਤ ਗਿਆਨ ਯੂਟਿਊਬ ਚੈਨਲ ਦੇ ਨਾਲ ਜੁੜੇ ਹੋਏ ਵੀਰੋ ਭੈਣੋ ਨੌਜਵਾਨੋ, ਇੱਕ ਵਾਰੀ ਸਾਰੇ ਫਤਿਹ ਦੀ ਸਾਂਝ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤਪੁਣੇ ਬਾਰੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਲੱਗੇ ਹਾਂ। ਸੰਤਗਿਰੀ ਦਾ ਪੱਕਾ ਲਸੰਸ ਭਾਗ ਪਹਿਲਾ। ਅਗਰ ਮਨੁੱਖ ਦੇ ਸਿਰ ਵਿੱਚ ਕੁਝ ਅਕਲ ਹੋਵੇ ਤਾਂ ਉਹ ਕੁਦਰਤ ਦੇ ਅਟਲ ਨਿਯਮ ਨੂੰ ਕਾਫੀ ਹੱਦ ਤੱਕ ਸਮਝ ਸਕਦਾ ਹੈ। ਅਗਰ ਦਿਮਾਗ ਨਹੀਂ ਹੈ ਤਾਂ ਉਸਨੂੰ ਉੱਕਾ ਹੀ ਸਮਝ ਨਹੀਂ ਆਵੇਗੀ। ਉਸਨੂੰ ਇਹ ਵੀ ਪਤਾ ਨਹੀਂ ਚੱਲੇਗਾ ਕਿ ਮੈਂ ਕੁਰਾਹੇ ਪੈ ਗਿਆ ਹਾਂ, ਮੈਂ ਆਰਥਿਕ ਹਾਲਤ ਵਿੱਚ ਕਮਜ਼ੋਰ ਕਿਉਂ ਹਾਂ, ਮੈਨੂੰ ਬਿਮਾਰੀਆਂ ਕਿਉਂ ਘੇਰ ਰਹੀਆਂ ਹਨ, ਮੇਰੇ ਘਰ ਵਿੱਚ ਕਲੇਸ਼ ਕਿਉਂ ਵੱਧ ਰਿਹਾ ਹੈ, ਸਮਾਜ ਵਿੱਚ ਮੇਰੀ ਇੱਜ਼ਤ ਕਿਉਂ ਨਹੀਂ ਹੋ ਰਹੀ, ਮੈਂ ਜਿਸ ਕੰਮ ਨੂੰ ਸ਼ੁਰੂ ਕਰਦਾ ਹਾਂ ਉਸ ਵਿੱਚ ਘਾਟਾ ਕਿਉਂ ਖਾਂਦਾ ਹਾਂ। ਜੀਵਨ ਵਿੱਚ ਨਿਰਾਸ਼ ਹਤਾਸ਼ ਆਦਮੀ ਫਿਰ ਜੋਤਸ਼ੀਆਂ ਤੋਂ ਟੇਵੇ ਲਗਵਾਉਂਦਾ ਹੈ, ਨਜੂਮੀਆਂ ਤੋਂ ਝਾੜ ਫੂਕ ਧਾਗੇ ਤਵੀਤ ਕਰਾਉਂਦਾ ਹੈ। ਪਹਿਲਾਂ ਹੀ ਲੁੱਟਿਆ ਪੁੱਟਿਆ ਜਾ ਚੁੱਕਿਆ ਮਨੁੱਖ ਇਹਨਾਂ ਤੋਂ ਆਪਣੀ ਹੋਰ ਲੁੱਟ ਕਰਵਾਉਂਦਾ ਹੈ। ਸਾਧਾ ਸੰਤਾਂ ਦੇ ਡੇਰਿਆਂ ਵਿੱਚ ਹਾਜ਼ਰੀ ਭਰਦਾ ਹੈ, ਸੇਵਾ ਕਰਦਾ ਹੈ, ਮਾਇਆ ਅਰਪਣ ਕਰਦਾ ਹੈ ਅਤੇ ਮੁਰਾਦਾਂ ਪੂਰੀਆਂ ਹੋਣ ਦੀ ਮੰਗ ਕਰਦਾ ਹੈ। ਮਨੋਕਾਮਨਾ ਤਾਂ ਕੀ ਪੂਰੀਆਂ ਹੋਣੀਆਂ ਸਨ, ਸਗੋਂ ਹੋਰ ਲੁੱਟਿਆ ਜਾਂਦਾ ਹੈ। ਦੂਜੇ ਪਾਸੇ ਗਹਿਰਾਈ ਨਾਲ ਪਰਖ ਕਰੋਗੇ ਤਾਂ ਸਮਝ ਆ ਜਾਵੇਗਾ ਕਿ ਪਹਾੜ 'ਤੇ ਚੜ੍ਹਨਾ ਬਹੁਤ ਔਖਾ ਹੈ, ਡਿੱਗ ਕੇ ਜਾਨ ਗਵਾਉਣੀ ਬਸ ਮਿੰਟ ਦੋ ਮਿੰਟ ਦਾ ਕੰਮ ਹੈ। ਇਮਤਿਹਾਨ ਪਾਸ ਕਰਨ ਵਾਸਤੇ ਸਖਤ ਮਿਹਨਤ ਕਰਨੀ ਹੁੰਦੀ ਹੈ, ਫੇਲ ਹੋਣ ਵਾਸਤੇ ਕਿਸੇ ਵੀ ਮਿਹਨਤ ਦੀ ਲੋੜ ਨਹੀਂ। ਘਰ ਬਣਾਉਣ ਵਾਸਤੇ ਬਹੁਤ ਵੱਡੇ ਉਪਰਾਲੇ ਕਰਨੇ ਪੈਂਦੇ ਹਨ, ਪਰ ਘਰ ਢਾਉਣ ਵਾਸਤੇ ਕੋਈ ਸਮਾਂ ਨਹੀਂ ਲੱਗਦਾ। ਸਮਾਜ ਵਿੱਚ ਇੱਜ਼ਤ ਕਰਵਾਉਣ ਲਈ ਬਹੁਤ ਸੁਚੇਤ ਹੋਣ ਦੀ ਜ਼ਰੂਰਤ ਹੁੰਦੀ ਹੈ। ਬੇਇੱਜ਼ਤੀ ਕਰਾਉਣ ਵਾਸਤੇ ਥੋੜ੍ਹੀ ਜਿਹੀ ਗਲਤੀ ਹੀ ਕਾਫੀ ਹੁੰਦੀ ਹੈ। ਅਰੋਗ ਲੰਮੀ ਉਮਰ ਭੋਗਣ ਵਾਸਤੇ ਸਦਾ ਪਰਹੇਜ਼ ਅਤੇ ਸਾਵਧਾਨੀ ਵਰਤਣੀ ਜ਼ਰੂਰੀ ਹੁੰਦੀ ਹੈ। ਮਰਨ ਵਾਸਤੇ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ, ਛੋਟੀ ਜਿਹੀ ਘਟਨਾ ਕਾਰਨ ਹੀ ਬੰਦੇ ਦੀ ਜਾਨ ਜਾ ਸਕਦੀ ਹੈ। ਧਨ ਪਦਾਰਥ ਕਮਾਉਣਾ ਬਹੁਤ ਔਖਾ ਹੈ, ਗਵਾਉਣਾ ਤਾਂ ਸੌਖਾ ਹੀ ਪਿਆ। ਦਰਿਆ ਕੁਦਰਤੀ ਬਣ ਜਾਂਦੇ ਹਨ, ਪਰ ਨਹਿਰਾਂ ਪੁੱਟਣੀਆਂ ਬਹੁਤ ਔਖੀਆਂ ਨੇ। ਬਾਗ ਲਾਉਣਾ ਬਹੁਤ ਜੋਖਮ ਵਾਲਾ ਕੰਮ ਹੈ, ਜੰਗਲ ਤਾਂ ਆਪਣੇ ਆਪ ਹੀ ਉੱਗ ਪੈਂਦੇ ਨੇ। ਇਤਨੀਆਂ ਕੁਝ ਚੇਤਾਵਨੀਆਂ ਦੇਣ ਤੋਂ ਬਾਅਦ ਹੁਣ ਇੱਕ ਗੁਰਬਾਣੀ ਵਿੱਚੋਂ ਸ਼ਬਦ ਤੁਹਾਡੇ ਸਨਮੁੱਖ ਰੱਖਣ ਲੱਗਿਆ ਹਾਂ। ਬਾਕੀ ਭਾਰਤੀ ਲੋਕਾਂ ਦੀ ਮਾਨਸਿਕ ਬਣਤਰ ਵਾਂਗ ਸਿੱਖ ਵੀ ਉਸੇ ਤਰ੍ਹਾਂ ਦੇ ਬਣਦੇ ਜਾ ਰਹੇ ਹਨ। ਸਿੱਖਾਂ ਨੂੰ ਗੁਰੂ ਜੀ ਦੇ ਉਪਕਾਰ ਭੁੱਲ ਗਏ ਹਨ, ਲੁਟੇਰੇ ਸਾਧ ਪਿਆਰੇ ਲੱਗਣ ਲੱਗ ਪਏ ਹਨ। ਇੱਕ ਸ਼ਬਦ ਪੜ੍ਹੋ, ਕਿਉਂਕਿ ਇਹ ਸਾਧ ਲੋਕ ਗੁਰਬਾਣੀ ਦੀ ਕਿਸੇ ਇੱਕ ਅੱਧ ਪੰਕਤੀ ਨੂੰ ਲੈ ਕੇ ਆਪਣੇ ਆਪ 'ਤੇ ਢੁਕਾ ਲੈਂਦੇ ਨੇ, ਫਿਰ ਉਸ ਪੰਕਤੀ ਰਾਹੀਂ ਆਪਣੇ ਆਪ ਨੂੰ ਮਹਾਨ ਸਿੱਧ ਕਰਦੇ ਨੇ ਕਿ ਆਹ ਦੇਖੋ ਜੀ ਗੁਰੂ ਸਾਹਿਬ ਨੇ ਲਿਖਿਆ ਹੋਇਆ। ਅਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਇਹਦੇ ਬਾਰੇ, ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮਿੱਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਛਾਰ। ਇੱਥੇ ਧਿਆਨ ਦੇਣਾ, ਮੈਂ ਅਰਥ ਬਾਅਦ 'ਚ ਕਰਦਾ। ਸੰਤ ਰਹਿਤ ਸੁਣੋ ਮੇਰੇ ਭਾਈ, ਉਵਾਂ ਕੀ ਮਹਿਮਾ ਕਥਨ ਨਾ ਜਾਈ ਰਹਾਓ, ਵਰਤਣ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਸਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕੋਟ ਕੋਟ ਅਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ,
ਸੂਰ ਬੀਰ ਬਚਨ ਕੇ ਬਲੀ, ਕੌਲਾਂ ਬੱਪਰੀ ਸੰਤੀ ਛਲੀ, ਤਾਂ ਕਾ ਸੰਗ ਬਾਛੈ ਸੁਰਦੇਵ, ਅਮੋਗ ਦਰਸ ਸਫਲ ਜਾਂਕੀ ਸੇਵ, ਕਰ ਜੋੜ ਨਾਨਕ ਕਰੇ ਅਰਦਾਸ, ਮੋਇ ਸੰਤੈ ਟਹਿਲ ਦੀਜੈ ਗੁਣਤਾਸ। ਪੰਨਾ 392 ਮਹੱਲਾ ਪੰਜਵਾਂ। ਹੇ ਭਾਈ, ਪਹਿਲਾਂ ਰਹੋ ਵਾਲਾ ਬੰਦ ਪੜ੍ਹਦੇ ਹਾਂ। ਹੇ ਭਾਈ, ਸੱਚੇ ਸੰਤ ਦੀ ਰਹਿਣੀ ਵਰਤਾਵ ਬਾਰੇ ਸੁਣ ਲਓ। ਸੰਤ ਇਤਨੇ ਉੱਤਮ ਜੀਵਨ ਵਾਲੇ ਹਨ ਕਿ ਉਹਨਾਂ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਹੇ ਭਾਈ, ਇਹ ਉੱਤਮ ਪੁਰਖ ਨਿਰੰਕਾਰ ਨੂੰ ਅੱਠੇ ਪਹਿਰ ਆਪਣੇ ਨਜ਼ਦੀਕ ਜਾਣਦੇ ਹਨ, ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਹਨ, ਇੱਕ ਪਰਮੇਸ਼ਰ ਤੋਂ ਬਿਨਾਂ ਕਿਸੇ ਨੂੰ ਆਪਣੇ ਜੀਵਨ ਦਾ ਸਹਾਰਾ ਨਹੀਂ ਸਮਝਦੇ, ਗੁਣਵਾਨ ਹੁੰਦੇ ਹੋਏ ਵੀ ਸਦਾ ਨਿਮਰਤਾ ਵਿੱਚ ਰਹਿੰਦੇ ਹਨ। ਹੇ ਭਾਈ, ਉਹਨਾਂ ਦੇ ਜੀਵਨ ਦਾ ਸਹਾਰਾ ਸਿਰਫ ਅਕਾਲ ਪੁਰਖ ਹੁੰਦਾ ਹੈ, ਉਹ ਸਦਾ ਆਨੰਦ ਅਵਸਥਾ ਵਿੱਚ ਰਹਿੰਦੇ ਹਨ, ਪ੍ਰਭੂ ਦੀ ਵਡਿਆਈ ਕਰਦੇ ਹਨ। ਇਹਨਾਂ ਲਈ ਮਿੱਤਰ ਅਤੇ ਦੁਸ਼ਮਣ ਕੋਈ ਨਹੀਂ ਹੁੰਦਾ, ਸਾਰੇ ਹੀ ਆਪਣੇ ਹੁੰਦੇ ਨੇ। ਕਰਤਾਰ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਇਸ਼ਟ ਇਹ ਲੋਕ ਨਹੀਂ ਮੰਨਦੇ। ਹੇ ਭਾਈ, ਪ੍ਰਭੂ ਦਾ ਸੰਤ ਇਤਨੇ ਉੱਚੇ ਜੀਵਨ ਵਾਲਾ ਹੁੰਦਾ ਹੈ ਕਿ ਕਰੋੜਾਂ ਹੀ ਲੋਕਾਂ ਨੂੰ ਬੁਰੇ ਕੰਮਾਂ ਵੱਲੋਂ ਵਰਜ ਕੇ ਨੇਕੀ ਦੇ ਰਾਹ 'ਤੇ ਪਾ ਦਿੰਦਾ ਹੈ, ਸਭ ਦੇ ਦੁੱਖ ਦੂਰ ਕਰਕੇ ਜੀਵਨ ਸੁਖੀ ਬਣਾ ਦਿੰਦਾ ਹੈ। ਇਹ ਸੰਤ ਇਕੱਲੇ ਸੰਤ ਹੀ ਨਹੀਂ ਹੁੰਦੇ, ਇਹ ਸੂਰਬੀਰ ਹੁੰਦੇ ਨੇ, ਇਹ ਯੋਧੇ ਹੁੰਦੇ ਨੇ, ਇਹ ਸੰਤ ਜ਼ਬਾਨ ਦੇ ਪੱਕੇ ਹੁੰਦੇ ਹਨ, ਮਾਇਆ ਇਹਨਾਂ ਨੂੰ ਛਲ ਨਹੀਂ ਸਕਦੀ, ਮਾਇਆ ਆਪਣੀ ਗੁਲਾਮੀ ਨਹੀਂ ਇਹਨਾਂ ਤੋਂ ਕਰਵਾ ਸਕਦੀ, ਸਗੋਂ ਮਾਇਆ ਇਹਨਾਂ ਦੀ ਗੁਲਾਮ ਬਣ ਜਾਂਦੀ ਹੈ। ਹੇ ਭਾਈ, ਅਜਿਹੇ ਉੱਤਮ ਪੁਰਖ ਸੰਤਾਂ ਦੇ ਦੇਵਤੇ ਵੀ ਦਰਸ਼ਨ ਕਰਨਾ ਚਾਹੁੰਦੇ ਹਨ, ਅਜਿਹੇ ਮਹਾਂਪੁਰਖਾਂ ਦੀ ਸੇਵਾ ਕੀਤੀ ਵਿਅਰਥ ਨਹੀਂ ਜਾਂਦੀ, ਸੇਵਕ ਦਾ ਵੀ ਜੀਵਨ ਸਫਲਾ ਹੋ ਜਾਂਦਾ ਹੈ। ਸੇਵਕ ਨਾਨਕ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਸਾਨੂੰ ਵੀ ਸੰਤਾਂ ਦੀ ਸੇਵਾ ਕਰਨ ਦਾ ਮੌਕਾ ਜ਼ਰੂਰ ਦਿਓ, ਸੰਤਾਂ ਦੇ ਉੱਤਮ ਗੁਣ ਸਾਡੇ ਵਿੱਚ ਵੀ ਪ੍ਰਵੇਸ਼ ਕਰ ਜਾਣ। ਹੁਣ ਖੁੱਲ੍ਹੀ ਵਿਚਾਰ। ਪਾਠਕ ਜਨੋ, ਇਸ ਸ਼ਬਦ ਨੂੰ ਸਮਝ ਕੇ ਪੜ੍ਹੋ, ਖੁਦ ਅਰਥਾਂ ਵਾਲੀਆਂ ਪੋਥੀਆਂ ਵੇਖੋ। ਸਾਰੇ ਟੀਕਾਕਾਰਾਂ ਨੇ ਸੰਤ ਨੂੰ ਬਹੁਤ ਵੱਡਾ ਕਰਕੇ ਲਿਖਿਆ ਹੈ, ਪਰ ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਲਿਖਿਆ ਹੋਇਆ ਹੈ, ਯਾਦ ਰੱਖਣਾ। ਸਾਰੇ ਜਾਣਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਬੇਅੰਤ ਬਾਣੀ ਉਚਾਰੀ, ਤਰਤੀਬ ਦੇ ਕੇ ਗੁਰੂ ਗ੍ਰੰਥ ਸਾਹਿਬ ਜਿਹਾ ਅਨਮੋਲ ਖਜ਼ਾਨਾ ਤਿਆਰ ਕੀਤਾ, ਜ਼ਿੰਦਗੀ ਭਰ ਅਨੰਤ ਪਰਉਪਕਾਰ ਕੀਤੇ। ਸੱਚ ਦੇ ਮਾਰਗ 'ਤੇ ਚੱਲਦਿਆਂ ਅਡੋਲ ਰਹਿ ਕੇ ਸ਼ਹੀਦ ਤਾਂ ਹੋ ਗਏ, ਪਰ ਥਿੜਕੇ ਨਹੀਂ, ਸੱਚ ਤੋਂ ਮੂੰਹ ਨਹੀਂ ਮੋੜਿਆ। ਪਰ ਅਜਿਹਾ ਕਿਹੜਾ ਸੰਤ ਹੈ ਜਿਸ ਦੀ ਗੁਰਦੇਵ ਵਡਿਆਈ ਕਰ ਰਹੇ ਹਨ। ਇਤਨੇ ਉੱਚੇ ਜੀਵਨ ਵਾਲੇ ਸਤਿਗੁਰੂ ਜੀ ਕਿਸੇ ਆਪਣੇ ਤੋਂ ਉੱਚੇ ਸੰਤ ਦੀ ਸੇਵਾ ਕਰਨੀ ਲੋਚਦੇ ਹਨ? ਕਿ ਅਜਿਹਾ ਇੱਕ ਵੀ ਸੰਤ ਪੂਰੀ ਦੁਨੀਆ ਵਿੱਚ ਹੈ ਜੋ ਗੁਰੂ ਸਾਹਿਬ ਨਾਲੋਂ ਵੱਧ ਗਿਆਨਵਾਨ ਅਤੇ ਵੱਧ ਪਰਉਪਕਾਰ ਕਰਨ ਵਾਲਾ ਹੋਵੇ? ਕਿਸੇ ਸੰਤ ਨੇ ਕਸ਼ਟ ਝੱਲੇ ਹੋਣ, ਕਿਸੇ ਸੰਤ ਨੇ ਸ਼ਹੀਦੀ ਪਾਈ ਹੋਵੇ, ਜਾਂ ਕਿਸੇ ਸੰਤ ਨੇ ਗੁਰਬਾਣੀ ਉਚਾਰੀ ਹੋਵੇ? ਹੈ ਕੋਈ ਸੰਤ ਤੁਹਾਡੀ ਜਾਣਕਾਰੀ ਵਿੱਚ? ਅੱਜ ਦੇ ਸੰਤ ਸੂਰਬੀਰ ਹੈਗੇ ਨੇ, ਕਦੀ ਧਿਆਨ ਮਾਰੋ। ਇਹਨਾਂ ਸੰਤਾਂ ਨੇ ਸਿੱਖਾਂ ਦੀ ਆਜ਼ਾਦੀ ਵਾਸਤੇ ਕੋਈ ਕਸ਼ਟ ਆਪਣੇ ਸਰੀਰ 'ਤੇ ਝੱਲੇ ਨੇ? ਕੋਈ ਸੰਤ ਸ਼ਹੀਦ ਹੋਇਆ ਹੈ? ਹਰ ਥਾਂ ਜਵਾਬ ਹੋਵੇਗਾ ਨਹੀਂ, ਅਜਿਹਾ ਕੋਈ ਸੰਤ ਨਹੀਂ ਹੋਇਆ। ਫਿਰ ਸਤਿਗੁਰੂ ਫੁਰਬਾਨ ਕਰਦੇ ਹਨ ਕਿ ਸੰਤਾਂ ਨੇ ਮਾਇਆ ਨੂੰ ਆਪਣੇ ਵਸ ਵਿੱਚ ਕਰ ਲਿਆ ਹੁੰਦਾ ਹੈ, ਉਹ ਲੋਭ ਲਾਲਚ ਤੋਂ ਮੁਕਤ ਹੋ ਜਾਂਦੇ ਨੇ।
ਪਰ ਕੀ ਤੁਸੀਂ ਸੰਤਾਂ ਦੇ ਡੇਰੇ ਆਲੀਸ਼ਾਨ ਬਣੇ ਨਹੀਂ ਵੇਖ ਰਹੇ? 50-50 ਲੱਖ ਦੀਆਂ ਕਾਰਾਂ 'ਤੇ ਸਵਾਰ ਤੁਹਾਨੂੰ ਇਹ ਨਜ਼ਰ ਨਹੀਂ ਆਏ? 10-10 20-20 ਪਹਿਰੇਦਾਰ ਨਾਲ ਲੈ ਕੇ ਇਹ ਸੰਤ ਘੁੰਮ ਰਹੇ ਨੇ। ਰੇਸ਼ਮੀ ਬਸਤਰ ਅਤੇ ਪਿਸਤੇ, ਬਦਾਮ, ਕਾਜੂ ਆਦਿ ਛੱਕ ਰਹੇ ਨੇ। ਕੁਇੰਟਲ ਕੁਇੰਟਲ ਦੀਆਂ ਗੋਗੜਾਂ ਨਹੀਂ ਵੇਖ ਰਹੇ ਤੁਸੀਂ ਇਹਨਾਂ ਦੀਆਂ? ਕੀ ਇਹ ਬਚਨਾਂ ਦੇ ਪੱਕੇ ਹਨ? ਸਾਰੇ ਅਖੌਤੀ ਸੰਤ ਰਾਜਸੀ ਲੀਡਰਾਂ ਦੇ ਗੁਲਾਮ ਹਨ। ਰਾਜਨੇਤਾਵਾਂ ਨੇ ਇਹਨਾਂ ਸਾਧਾਂ ਰਾਹੀਂ ਆਪਣੇ ਵੋਟ ਬੈਂਕ ਬਣਾਏ ਹੋਏ ਨੇ। ਸਾਰੇ ਸਾਧ ਸੰਤ ਆਪਣੇ ਡੇਰੇ ਦੀ ਝੂਠੀ ਪ੍ਰਸ਼ੰਸਾ ਦੀਆਂ ਕਹਾਣੀਆਂ ਘੜ ਕੇ ਸੰਗਤ ਨੂੰ ਸੁਣਾਉਂਦੇ ਨੇ। ਗੁਰੂ ਸਾਹਿਬ ਦੀ ਗਲਤਾਂ ਇਹ ਨਾ ਮਾਤਰ ਹੀ ਕਰਦੇ ਨੇ ਕਦੀ? ਗੁਰੂ ਸਾਹਿਬ ਤਾਂ ਬਚਨ ਕਰ ਰਹੇ ਹਨ ਕਿ ਸੰਤ ਸਾਰਿਆਂ ਵਿੱਚ ਨਿਮਰਤਾ ਨਾਲ ਵਿਹਾਰ ਕਰੇ, ਆਪਣੇ ਆਪ ਨੂੰ ਗੁਰਸਿੱਖਾਂ ਨਾਲੋਂ ਉੱਚਾ ਅਤੇ ਵੱਖਰਾ ਨਾ ਸਮਝੇ। ਪਰ ਕੀ ਤੁਸੀਂ ਨਹੀਂ ਵੇਖ ਰਹੇ ਕਿ ਸੰਤ ਉੱਚੀਆਂ ਗੱਦੀਆਂ, ਵੱਡੀਆਂ ਕੁਰਸੀਆਂ, ਪਲੰਘ ਲਾ ਕੇ ਬੈਠਦੇ ਹਨ, ਬਾਕੀ ਸਾਰੇ ਭੈਣ ਭਰਾ ਨੀਵੇਂ ਥਾਂ 'ਤੇ ਬੈਠੇ ਹੁੰਦੇ ਨੇ? ਕਿਉਂ ਇਉਂ ਕਰਨਾ ਜਾਇਜ਼ ਹੈ? ਸਾਧ ਕੋਲ ਆਉਣ ਵਾਲੇ ਸ਼ਰਧਾਲੂ ਸਿੱਖੀ ਰਵਾਇਤ ਮੁਤਾਬਕ ਫਤਿਹ ਨਹੀਂ ਬੁਲਾਉਂਦੇ, ਸਗੋਂ ਸਾਧ ਦੇ ਪੈਰਾਂ ਵਿੱਚ ਮਾਇਆ ਰੱਖ ਕੇ ਮੱਥਾ ਟੇਕਦੇ ਨੇ। ਕੀ ਇਹ ਤੁਹਾਨੂੰ ਠੀਕ ਲੱਗਦਾ? ਗੁਰੂ ਸਾਹਿਬ ਤਾਂ ਸਮਝਾ ਰਹੇ ਹਨ ਕਿ ਸੰਤ ਉਹ ਹੈ ਜੋ ਕਿਸੇ ਨੂੰ ਨੀਵਾਂ ਨਾ ਮੰਨੇ, ਕਿਸੇ ਨਾਲ ਈਰਖਾ ਦਵੈਸ਼ ਨਾ ਰੱਖੇ, ਦੁਸ਼ਮਣਾਂ ਨਾਲ ਵੀ ਬਦਲੇ ਦੀ ਭਾਵਨਾ ਵਾਲਾ ਵਿਹਾਰ ਨਾ ਕਰੇ। ਕੀ ਸੰਤਾਂ ਦੇ ਡੇਰਿਆਂ ਵਿੱਚ ਅਜਿਹਾ ਪਿਆਰ ਵਾਲਾ ਵਰਤਾਰਾ ਵਰਤਦਾ ਕਦੀ ਵੇਖਿਆ ਹੈ? ਗੱਦੀਆਂ 'ਤੇ ਕਬਜ਼ੇ ਕਰਨ ਲਈ ਕਿ ਡੇਰਿਆਂ ਵਿੱਚ ਗੋਲੀਆਂ ਨਹੀਂ ਚੱਲਦੀਆਂ ਵੇਖੀਆਂ ਤੁਸੀਂ? ਕਤਲ ਹੁੰਦੇ ਨਹੀਂ ਵੇਖੇ? ਸਭ ਤੋਂ ਖਤਰਨਾਕ ਸਾਜਿਸ਼ ਵਰਤ ਕੇ ਸਿੱਖ ਸਮਾਜ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ, ਗਿਆਨਹੀਣ ਸਾਧਾਂ ਦੇ ਪਿਛਲੱਗ ਬਣਾਇਆ ਜਾ ਰਿਹਾ ਹੈ, ਨੌਜਵਾਨਾਂ ਦੀ ਸਿਆਣਪ ਖਤਮ ਕੀਤੀ ਜਾ ਰਹੀ ਹੈ, ਉਹਨਾਂ ਦੀ ਅਣਖ ਕੁਚਲੀ ਜਾ ਰਹੀ ਹੈ। ਅਜਿਹੇ ਮਿੱਟੀ ਦੇ ਮਾਧੋ ਬਣਾਏ ਜਾ ਰਹੇ ਹਨ ਕਿ ਉਹਨਾਂ ਨੌਜਵਾਨਾਂ ਨੂੰ ਨਾ ਆਪਣੀ ਜ਼ਿੰਦਗੀ ਬਰਬਾਦ ਹੋ ਰਹੀ ਦਿਸਦੀ ਹੈ, ਨਾ ਆਪਣੇ ਪਰਿਵਾਰ ਉੱਜੜਦੇ ਨਜ਼ਰ ਆਉਂਦੇ ਹਨ, ਨਾ ਹੀ ਆਪਣਾ ਦੂਲਾ ਪੰਥ ਡੁੱਬਦਾ ਨਜ਼ਰ ਆਉਂਦਾ ਹੈ। ਉਹਨਾਂ ਦੀ ਸਾਰੀ ਸੋਚ ਸਮਝ ਸਾਧ ਅਤੇ ਡੇਰੇ ਤੱਕ ਸੁੰਗੜ ਕੇ ਰਹਿ ਜਾਂਦੀ ਹੈ। ਡੇਰਿਆਂ ਵਿੱਚ ਰਹਿਣ ਵਾਲੇ ਨੌਜਵਾਨ ਸੋਚ ਸਮਝ ਤੋਂ ਸੱਖਣੇ ਹੋ ਜਾਂਦੇ ਨੇ, ਬੇਗੈਰਤ ਜਿਹੇ ਨੀਵੀਂ ਪਾ ਕੇ ਦਿਨ ਕੱਠੀ ਕਰਨ ਵਾਲੇ ਨਮਰਦ ਬਣ ਜਾਂਦੇ ਨੇ। ਅਸਲ ਵਿੱਚ ਸੰਤ, ਸਾਧ ਜਾਂ ਬ੍ਰਹਮ ਗਿਆਨੀ ਕੋਈ ਵੱਖਰੀ ਸ਼੍ਰੇਣੀ ਨਹੀਂ ਹੈ। ਅਣਗਿਣਤ ਢੰਗ ਵਰਤ ਕੇ ਗੁਰੂ ਜੀ ਨੇ ਇੱਕ ਨਮੂਨੇ ਦਾ ਇਨਸਾਨ ਬਣਨ ਵਾਸਤੇ ਸਾਡੇ ਸਨਮੁੱਖ ਮਾਡਲ ਪੇਸ਼ ਕੀਤਾ ਸੀ। ਅਜਿਹਾ ਬਚਨ ਜੋ ਸਿੱਖਾਂ ਵਾਸਤੇ ਵੀ ਗੁਰਬਾਣੀ ਵਿੱਚ ਬਹੁਤ ਵਾਰੀ ਆਏ ਹਨ। ਸਿੱਖਾਂ ਦੀ ਚਰਨ ਧੂੜੀ ਵੀ ਗੁਰੂ ਸਾਹਿਬ ਮੱਥੇ ਲਾਉਣੀ ਲੋਚਦੇ ਨੇ, ਪਰ ਕਿਸੇ ਸਿੱਖ ਨੇ ਅਜਿਹਾ ਬੱਜਰ ਪਾਪ ਨਹੀਂ ਕੀਤਾ ਜੋ ਸਾਧ ਸੰਤ ਕਰ ਰਹੇ ਨੇ। ਸਿੱਖ ਗੁਰੂ ਸਾਹਿਬ ਨੂੰ ਕਦੇ ਛੋਟਾ ਨਹੀਂ ਦਰਸਾਉਂਦਾ, ਸਗੋਂ ਖੁਦ ਨਿਮਰਤਾ ਵਿੱਚ ਰਹਿੰਦਾ ਹੈ। ਸਿੱਖਾਂ ਵਾਸਤੇ ਗੁਰੂ ਫਰਮਾਨ ਪੜ੍ਹੋ, ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਕਹੋ ਹਉ ਸਦਾ ਨਮਸ਼ਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਬੜੇ ਸੌਖੇ ਜਿਹੇ ਅਰਥ ਨੇ ਇਹਦੇ, 593 ਪੰਨੇ 'ਤੇ ਮੌਜੂਦ ਹੈ ਇਹ ਸ਼ਬਦ। ਇੱਕ ਸ਼ਬਦ ਹੋਰ, ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆ।
ਧਨ ਧਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ। ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧਨ ਧਨ ਭਾਗ ਤਿਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਤਿਆਂ। ਪੰਨਾ 649। ਹੇ ਭਾਈ, ਉਹ ਸਿੱਖ ਧਨ ਹੈ ਜੋ ਸਤਿਗੁਰੂ ਦੀ ਅਗਵਾਈ ਵਿੱਚ ਚੱਲਦਾ ਹੈ। ਉਹ ਗੁਰਸਿੱਖ ਧਨ ਹੈ ਜਿਸ ਨੇ ਗੁਰੂ ਦਾ ਹੁਕਮ ਖੁਸ਼ੀ ਨਾਲ ਪ੍ਰਵਾਨ ਕਰ ਲਿਆ। ਉਹ ਸਿੱਖ ਧਨ ਹੈ ਜੋ ਹਰੀ ਨੂੰ ਸਦਾ ਯਾਦ ਰੱਖਦਾ ਹੈ ਅਤੇ ਸਮਾਜ ਦੀ ਸੇਵਾ ਕਰਦਾ ਹੈ। ਅਜਿਹਾ ਗੁਰਸਿੱਖ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੈ ਜੋ ਆਪਣਾ ਸਾਰਾ ਜੀਵਨ ਗੁਰੂ ਦੇ ਉਪਦੇਸ਼ਾਂ ਹੁਕਮਾਂ ਅਨੁਸਾਰ ਬਤੀਤ ਕਰਦਾ ਹੈ। ਹੇ ਭਾਈ, ਉਹ ਭਗਤ ਜਨ ਧੰਨਤਾ ਯੋਗ ਹਨ ਜੋ ਸਦਾ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ। ਉਹ ਸੰਤ ਜਨ ਧੰਨਤਾ ਯੋਗ ਹਨ ਜੋ ਨਿਰੰਕਾਰ ਦਾ ਨਾਮ ਸਦਾ ਸੁਣਦੇ ਨੇ। ਧੰਨ ਹਨ ਉਹ ਸਾਧ ਜਨ ਜੋ ਪਰਮੇਸ਼ਰ ਦਾ ਜਸ ਸੁਣ ਕੇ ਗੁਣਵਾਨ ਬਣ ਜਾਂਦੇ ਹਨ। ਧੰਨ ਹੋ ਉਹ ਗੁਰਮੁਖ ਜੋ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਵਿਕਾਰਾਂ ਵੱਲੋਂ ਮੋੜ ਲੈਂਦੇ ਹਨ, ਨੇਕ ਰਸਤੇ ਚੱਲ ਪੈਂਦੇ ਹਨ। ਸਭ ਤੋਂ ਵੱਡੇ ਭਾਗਾਂ ਵਾਲੇ ਉਹ ਗੁਰਸਿੱਖ ਹਨ ਜੋ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਣਵਾਨ ਬਣ ਜਾਂਦੇ ਹਨ ਅਤੇ ਸਦਾ ਨੇਕ ਜੀਵਨ ਬਤੀਤ ਕਰਦੇ ਹਨ। ਗੁਰਸਿੱਖ ਪਾਠਕੋ, ਆਪਣੇ ਦਿਮਾਗ ਦੀ ਵਰਤੋਂ ਕਰੋ, ਗੁਰਬਾਣੀ ਨੂੰ ਸਮਝ ਕੇ ਪੜ੍ਹੋ, ਤੁਹਾਨੂੰ ਸਾਰੀ ਵਿਚਾਰਧਾਰਾ ਦੀ ਸਮਝ ਆ ਜਾਵੇਗੀ। ਗੁਰਬਾਣੀ ਹੁਕਮਾਂ ਮੁਤਾਬਕ ਤਾਂ ਸਾਰੇ ਇਨਸਾਨ ਬਰਾਬਰ ਹਨ, ਜਾਤ ਕਾਰਨ ਕੋਈ ਛੋਟਾ ਵੱਡਾ ਨਹੀਂ ਹੈ। ਔਰਤਾਂ ਬਰਾਬਰ ਦੀਆਂ ਇਨਸਾਨ ਹਨ। ਜੋ ਮਨੁੱਖ ਔਰਤਾਂ ਨੂੰ ਘਟੀਆ ਸਮਝਦਾ ਹੈ ਉਹ ਮੂਰਖ ਹੈ। ਫਿਰ ਆਹ ਸਾਧਾਂ ਸੰਤਾਂ ਵਾਲੀ ਜਮਾਤ ਸਿੱਖਾਂ ਤੋਂ ਉੱਚੀ ਕਿਵੇਂ ਬਣ ਗਈ? ਇਹ ਗੋਗੜਾਂ ਵਾਲੇ ਵਿਹਲੜ ਸਾਧ ਉੱਚੀਆਂ ਗੱਦੀਆਂ ਲਾ ਕੇ ਬੈਠਣ ਅਤੇ ਸਿੱਖ ਨੀਵੇਂ ਥਾਂ 'ਤੇ, ਇਹ ਕਿਵੇਂ ਹੋ ਗਿਆ? ਇਹ ਲੋਕ ਸਿੱਖ ਕਿਉਂ ਨਹੀਂ ਅਖਵਾਉਂਦੇ ਆਪਣੇ ਆਪ ਨੂੰ? ਇਹ ਸੰਤ ਬ੍ਰਹਮ ਗਿਆਨੀ ਕਿਉਂ ਅਖਵਾਉਂਦੇ ਨੇ? ਕਿਉਂਕਿ ਆਮ ਸਿੱਖ ਬੇਅਕਲ ਹੋ ਗਏ ਨੇ। ਇਹਨਾਂ ਲੁਟੇਰਿਆਂ ਨੂੰ ਆਪਣੀ ਮਾਇਆ ਭੇਟ ਵੀ ਕਰ ਰਹੇ ਨੇ, ਇਹਨਾਂ ਦੇ ਪੈਰਾਂ 'ਤੇ ਮੱਥੇ ਵੀ ਟੇਕਦੇ ਨੇ। ਜੇ ਅਕਲ ਵਾਲੇ ਹੋਣ ਤਾਂ ਫਿਰ ਇਸ ਤਰ੍ਹਾਂ ਕਾਹਨੂੰ ਕਰਨ ਭਲਾ? ਹੁਣ ਅੱਗੇ ਇੱਕ ਬਹੁਤ ਹੀ ਸੰਵੇਦਨਸ਼ੀਲ ਮਸਲਾ ਵਿਚਾਰਨ ਲੱਗਾ ਹਾਂ। ਇਸ ਨੂੰ ਗੁਰਬਾਣੀ ਦੇ ਚਾਨਣ ਵਿੱਚ ਪਰਖਣਾ ਹੈ, ਧਿਆਨ ਨਾਲ ਪੜ੍ਹਨਾ। ਲਗਭਗ ਸਾਰੇ ਸਾਧ ਜਤੀ ਜਾਂ ਬ੍ਰਹਮਚਾਰੀ ਅਖਵਾਉਂਦੇ ਨੇ, ਭਾਵ ਕਿ ਇਹ ਬੰਦੇ ਵਿਆਹ ਨਹੀਂ ਕਰਾਉਂਦੇ, ਪਰਿਵਾਰਕ ਜ਼ਿੰਦਗੀ ਨੂੰ ਇਹ ਚੰਗੀ ਨਹੀਂ ਸਮਝਦੇ। ਪਰ ਸੋਚ ਕੇ ਵੇਖੋ, ਜੇ ਇਹਨਾਂ ਸਾਧਾਂ ਦੇ ਮਾਤਾ ਪਿਤਾ ਵੀ ਵਿਆਹ ਨਾ ਕਰਾਉਂਦੇ, ਕੀ ਇਹਨਾਂ ਦਾ ਜਨਮ ਹੋ ਸਕਦਾ ਸੀ? ਸਾਰੇ ਪ੍ਰਕਾਰ ਦੇ ਪਦਾਰਥ ਗ੍ਰਸਤੀਆਂ ਦੇ ਘਰੋਂ ਇਹਨਾਂ ਕੋਲ ਆਉਂਦੇ ਨੇ, ਉਹਨਾਂ ਪਦਾਰਥਾਂ ਅਤੇ ਪੈਸੇ ਨਾਲ ਡੇਰੇ ਚੱਲਦੇ ਨੇ। ਜੇ ਗ੍ਰਸਤ ਬੁਰਾ ਹੈ ਤਾਂ ਗ੍ਰਸਤੀਆਂ ਤੋਂ ਧਨ ਪਦਾਰਥ ਲੈਣਾ ਕਿਉਂ ਲੈਣਾ ਚਾਹੁੰਦੇ ਨੇ ਇਹ? ਗੁਰੂ ਹਰਕ੍ਰਿਸ਼ਨ ਜੀ ਤੋਂ ਬਿਨਾਂ ਸਾਰੇ ਗੁਰੂ ਸਾਹਿਬ ਵਿਆਹੇ ਹੋਏ ਬੱਚਿਆਂ ਵਾਲੇ ਸਨ। ਕੀ ਵਿਆਹ ਕਰਵਾ ਕੇ ਗੁਰੂ ਸਾਹਿਬ ਨੇ ਗਲਤੀ ਕਰ ਲਈ? ਇਹ ਸਾਧ ਟੋਲੇ ਗੁਰੂਆਂ ਭਗਤਾਂ ਨਾਲੋਂ ਵੀ ਜ਼ਿਆਦਾ ਸਿਆਣੇ ਹੋ ਗਏ? ਕਦੀ ਇਹਨਾਂ ਦੇ ਚੇਲਿਆਂ ਨੂੰ ਇਸ ਗੱਲ ਦੀ ਸਮਝ ਆਵੇਗੀ? ਗ੍ਰਸਤ ਜ਼ਿੰਦਗੀ ਬਾਰੇ ਗੁਰਬਾਣੀ ਇਉਂ ਫਰਮਾਨ ਕਰਦੀ ਹੈ, ਭਗਤ ਜਨਾਂ ਕੋ ਸ਼ਰਧਾ ਆਪ ਹਰਲਾਈ, ਵਿੱਚ ਗ੍ਰਸਤ ਉਦਾਸ ਰਹਾਈ। 494। ਹੇ ਭਾਈ, ਭਗਤਾਂ ਦੇ ਮਨ ਵਿੱਚ ਨਿਰੰਕਾਰ ਨੇ ਅਜਿਹਾ ਪ੍ਰੇਮ ਭਰ ਦਿੱਤਾ ਕਿ ਉਹ ਪਰਿਵਾਰ ਵਿੱਚ ਰਹਿੰਦਿਆਂ ਹੀ ਮੋਹ ਮਾਇਆ ਤੋਂ ਨਿਰਲੇਪ ਰਹਿੰਦੇ ਨੇ। ਗ੍ਰਹਿ ਤਜ ਬਨ ਖੰਡ ਜਾਈ ਹੈ, ਚੁਣ ਖਾਈ ਹੈ ਕੰਧਾ, ਅਜੋਂ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ।
855 ਹੇ ਭਾਈ ਮੂਰਖ ਲੋਕ ਘਰ ਬਾਰ ਪਰਿਵਾਰ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਂਦੇ ਹਨ। ਜੰਗਲ ਵਿੱਚ ਮੂਲੀ ਗਾਜਰ ਪੱਤੇ ਆਦਿ ਖਾ ਕੇ ਪੇਟ ਪੂਰਤੀ ਕਰਦੇ ਹਨ ਪਰ ਮਨ ਵਿੱਚੋਂ ਬੁਰੇ ਖਿਆਲ ਖਤਮ ਨਹੀਂ ਹੁੰਦੇ। ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ ਆਵਤ ਪਈਆ ਖੁਦੇ ਜਾਂ ਹੈ 872 ਹੇ ਭਾਈ ਜਿਸ ਘਰ ਵਿੱਚ ਅੰਨ ਧਨ ਨਹੀਂ ਉਸਦਾ ਸਤਿਕਾਰ ਨਹੀਂ ਹੁੰਦਾ। ਭੁੱਖੇ ਘਰਾਂ ਵਿੱਚੋਂ ਤਾਂ ਰਾਈਆਂ ਨੂੰ ਵੀ ਖਾਣਾ ਨਹੀਂ ਮਿਲਦਾ, ਭੁੱਖੇ ਹੀ ਰਹਿਣਾ ਪੈਂਦਾ ਹੈ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਵਿੱਚ ਇਹ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ 1070 ਹੇ ਭਾਈ ਜਿਸ 'ਤੇ ਅਕਾਲ ਪੁਰਖ ਮਿਹਰਬਾਨ ਹੁੰਦਾ ਹੈ ਉਸਨੂੰ ਪਰਉਪਕਾਰ ਕਰਨ ਲਾ ਦਿੰਦਾ ਹੈ। ਗੁਰੂ ਦੇ ਸ਼ਬਦ ਨੂੰ ਸਮਝ ਕੇ ਸਾਰੇ ਡਰ ਅਤੇ ਭਰਮ ਖਤਮ ਹੋ ਜਾਂਦੇ ਹਨ। ਅਜਿਹਾ ਸਮਝਦਾਰ ਮਨੁੱਖ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਹੀ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ। ਗੁਰਸਿੱਖ ਕਦੇ ਨਿਰਾਸ਼ ਗੁਰਮੁਖ ਭਏ ਨਿਰਾਸ਼ ਪਰਮ ਸੁਖ ਪਾਇਆ, ਵਿੱਚੇ ਗ੍ਰਹਿ ਉਦਾਸ ਅਲਿਪਤ ਲਿਵ ਲਾਇਆ। ਹੇ ਭਾਈ ਗੁਰੂ ਦੇ ਹੁਕਮ ਅਨੁਸਾਰ ਜਿਉਣ ਵਾਲੇ ਸੇਵਕ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਰੋਕ ਲੈਂਦੇ ਨੇ, ਇਸੇ ਲਈ ਸਦਾ ਸੁਖੀ ਰਹਿੰਦੇ ਨੇ। ਘਰ ਪਰਿਵਾਰ ਵਿੱਚ ਰਹਿੰਦਿਆਂ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਨੇ, ਉਹ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ। ਸਦੀਆਂ ਤੋਂ ਹਿੰਦੂ ਸਮਾਜ ਵਿਚਲੇ ਸਾਧ ਯੋਗੀ ਘਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਭਟਕਦੇ ਹੋਏ ਜ਼ਿੰਦਗੀ ਬਰਬਾਦ ਕਰ ਲੈਂਦੇ ਸਨ, ਸਰੀਰ ਨੂੰ ਕਈ ਤਰ੍ਹਾਂ ਦੇ ਖੁਦ ਹੀ ਕਸ਼ਟ ਦਿੰਦੇ ਸਨ, ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਸਾਰੇ ਭਗੌੜੇ ਸਨ, ਦੇਸ਼ ਗੁਲਾਮ ਸੀ, ਧੀਆਂ ਭੈਣਾਂ ਨੂੰ ਬੇਪਤ ਕੀਤਾ ਜਾ ਰਿਹਾ ਸੀ। ਇਹ ਧਰਮੀ ਅਸਲ ਵਿੱਚ ਕਾਇਰ ਲੋਕ ਸਾਧ ਬਣ ਕੇ ਸਿਮਰਨ ਕਰ ਰਹੇ ਸਨ, ਚਲੀਹੇ ਕੱਟ ਰਹੇ ਸਨ, ਭਗਤੀ ਕਰ ਰਹੇ ਸਨ, ਧੂਣੀਆਂ ਤਾਪ ਰਹੇ ਸਨ, ਪੁੱਠੇ ਲਟਕ ਰਹੇ ਸਨ, ਵਰਥ ਰੱਖ ਰਹੇ ਸਨ ਅਤੇ ਜੰਗਲੀ ਚਲੇ ਗਏ ਸਨ, ਪਰ ਆਪਣੇ ਦੇਸ਼ਵਾਸੀ ਗੁਲਾਮ ਬਣ ਚੁੱਕੇ ਸਨ, ਨਰਕ ਵਰਗੀ ਜ਼ਿੰਦਗੀ ਬਿਤਾ ਰਹੇ ਸਨ। ਇਸੇ ਤਰ੍ਹਾਂ ਸਿੱਖਾਂ ਵਿਚਲੇ ਸਾਧ ਸੰਤ ਵੀ ਹਨ। ਇਹ ਸੰਤ ਸਿਮਰਨ ਕਰਦੇ ਹਨ, ਕੀਰਤਨ ਕਰਦੇ ਹਨ, ਬ੍ਰਹਮਾ ਵਿਸ਼ਨੂੰ ਦੀਆਂ ਕਹਾਣੀਆਂ ਸੁਣਾਉਂਦੇ ਨੇ, ਅਖੰਡ ਪਾਠ, ਸਹਿਜ ਪਾਠ, ਕੋਤਰੀ ਪਾਠ, ਸੰਪੜ ਪਾਠ ਕਰਦੇ ਹਨ। ਸਿੱਖ ਪੰਥ ਦੇ ਭਲੇ ਵਾਸਤੇ ਕੋਈ ਜ਼ਿਕਰਯੋਗ ਇਹ ਕੰਮ ਨਹੀਂ ਕਰਦੇ। ਇਹ ਸਾਧ ਛੜੇ ਰਹਿੰਦੇ ਨੇ ਪਰ ਚੇਲਿਆਂ ਦੀਆਂ ਧਾੜਾਂ ਰੱਖਦੇ ਨੇ। ਇਹ ਸਾਧ ਵਿਆਹ ਤਾਂ ਨਹੀਂ ਕਰਾਉਂਦੇ ਪਰ ਪੁੱਤਰਾਂ ਦੀ ਦਾਤ ਲੈਣ ਵਾਸਤੇ ਇਹਨਾਂ ਦੁਆਲੇ ਬੀਬੀਆਂ ਦੇ ਝੁਰਮਟ ਪਏ ਰਹਿੰਦੇ ਨੇ। ਹੁਣ ਗੁਰਬਾਣੀ ਦੇ ਉਹ ਪਾਵਨ ਸ਼ਬਦ ਪੜ੍ਹ ਲਈਏ ਜਿਨ੍ਹਾਂ ਰਾਹੀਂ ਸਤਿਗੁਰੂ ਨੇ ਜਤੀ ਜਾਂ ਬ੍ਰਹਮਚਾਰੀ ਹੋਣ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਅਜਿਹੇ ਪਖੰਡੀ ਸਾਧਾਂ ਨੂੰ ਗੁਰੂ ਸਾਹਿਬ ਨੇ ਲਾਣਤਾਂ ਪਾਈਆਂ ਨੇ। ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਹੇ ਭਾਈ ਜੇ ਬਿੰਦ ਰੋਕਣ ਨਾਲ ਕੋਈ ਵੱਡੀ ਪ੍ਰਾਪਤੀ ਹੁੰਦੀ ਹੋਵੇ ਫਿਰ ਤਾਂ ਖੁਸਰੇ ਸਭ ਤੋਂ ਉੱਤਮ ਨੇ, ਉਹਨਾਂ ਦੇ ਸਰੀਰ ਵਿੱਚ ਤਾਂ ਇਹ ਸਿਲਸਿਲਾ ਮੁੱਢ ਤੋਂ ਹੀ ਨਹੀਂ ਹੁੰਦਾ। ਇੱਕ ਬਿੰਦ ਯਤਨ ਕਰ ਰੱਖ ਦੇ ਸੇ ਜਤੀ ਕਹਾਵੈਂ, ਬਿਨ ਗੁਰ ਸ਼ਬਦ ਨਾ ਛੂਟ ਹੀ ਭਰਮ ਆਵੈਂ ਜਾਵੈਂ। ਹੇ ਭਾਈ ਕੁਝ ਨਾ ਸਮਝ ਲੋਕ ਵਿਆਹ ਨਹੀਂ ਕਰਾਉਂਦੇ, ਬੀਰਜ ਨੂੰ ਰੋਕ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਆਪਣੇ ਆਪ ਨੂੰ ਵੱਡੇ ਧਰਮੀ ਅਤੇ ਜਤੀ ਅਖਵਾਉਂਦੇ ਹਨ। ਇਹ ਰਸਤਾ ਮੁੱਢੋਂ ਹੀ ਗਲਤ ਹੈ। ਗੁਰੂ ਦੇ ਸ਼ਬਦ ਗਿਆਨ ਤੋਂ ਬਿਨਾਂ ਜੀਵਨ ਨੂੰ ਚੰਗੀ ਅਗਵਾਈ ਨਹੀਂ ਮਿਲਦੀ।
ਇਸ ਲਈ ਸਦਾ ਭਰਮਾਂ ਵਿੱਚ ਪਏ ਰਹਿੰਦੇ ਹਨ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸੋ ਘਾਲੈ ਧੰਦਾ। ਹੇ ਭਾਈ, ਮੂਰਖ ਸਾਧ ਸੰਤ ਆਪਣੀ ਪਤਨੀ ਨੂੰ ਤਿਆਗ ਦਿੰਦੇ ਨੇ, ਪਰਾਈਆਂ ਔਰਤਾਂ ਨਾਲ ਸੰਬੰਧ ਬਣਾਉਂਦੇ ਨੇ, ਇਹ ਤਾਂ ਕੁਰਾਹੇ ਪਏ ਲੋਕ ਨੇ। ਬਿੰਦ ਨਾ ਰੱਖੈਂ ਜਤੀ ਕਹਾਵੈਂ, ਮਾਈ ਮੰਗਤ ਤ੍ਰੈ ਲੋ ਭਾਵੈ। ਹੇ ਭਾਈ, ਘਰ ਪਰਿਵਾਰ ਤਿਆਗ ਕੇ ਜਤੀ ਅਖਵਾਉਣ ਵਾਲੇ ਸਾਧ ਸੰਤ ਪਖੰਡੀ ਹਨ, ਉਹਨਾਂ ਦਾ ਆਪਣੀ ਵਾਸ਼ਨਾ 'ਤੇ ਕਾਬੂ ਨਹੀਂ ਹੈ, ਘਰਾਂ ਵਿੱਚ ਭੀਖ ਮੰਗਣ ਜਾਂਦੇ ਨੇ। ਜਿਨ੍ਹਾਂ ਬੀਬੀਆਂ ਨੂੰ ਮਾਈ ਆਖ ਕੇ ਸੰਬੋਧਨ ਕਰਦੇ ਨੇ, ਅੰਦਰੋਂ ਉਹਨਾਂ 'ਤੇ ਹੀ ਮੈਲੀ ਨਜ਼ਰ ਹੁੰਦੀ ਹੈ। ਬਨ ਤਾਂ ਛੋੜ ਬਦ ਨਦਰ ਪਰ ਨਾਰੀ, ਵੇਸ਼ ਨਾ ਪਾਈਐ ਮਹਾਂ ਦੁਖਿਆਰੀ। ਹੇ ਭਾਈ, ਇਹ ਕਮੀਣੇ ਲੋਕ ਆਪਣੀ ਪਤਨੀ ਨੂੰ ਛੱਡ ਜਾਂਦੇ ਨੇ, ਜਤੀ ਸਤੀ ਬਣਦੇ ਨੇ, ਪਰਾਈਆਂ ਔਰਤਾਂ ਨਾਲ ਵਿਵਚਾਰ ਕਰਦੇ ਨੇ, ਧਾਰਮਿਕ ਚੋਲਿਆਂ ਵਾਲੇ ਕਈ ਤਰ੍ਹਾਂ ਦੇ ਮੰਦੇ ਕੰਮ ਕਰਦੇ ਨੇ, ਪਕੜੇ ਜਾਣ 'ਤੇ ਸ਼ਰਮਸ਼ਾਰ ਹੁੰਦੇ ਨੇ। ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ, ਸਿੱਖ ਕਰੇ ਕਰ ਸ਼ਬਦ ਨਚੀਨੈ, ਲੰਪਟ ਹੈ ਬਾਜ਼ਾਰੀ। ਹੇ ਭਾਈ, ਜਤੀ ਅਖਵਾਉਣ ਵਾਲੇ ਮੂਰਖ ਸਾਧਾਂ ਅੰਦਰ ਕਾਮ ਵਾਸ਼ਨਾ ਠਾਠਾਂ ਮਾਰਦੀ ਹੈ, ਪਤਨੀ ਨੂੰ ਛੱਡ ਜਾਂਦੇ ਨੇ, ਪਰਾਈਆਂ ਔਰਤਾਂ ਨਾਲ ਸੰਬੰਧ ਬਣਾਉਂਦੇ ਨੇ, ਚੰਗੀ ਸਿੱਖਿਆ ਦੇਣ 'ਤੇ ਵੀ ਅੜੀ ਨਹੀਂ ਛੱਡਦੇ। ਗੁਰੂ ਦੇ ਗਿਆਨ ਰਾਹੀਂ ਇਹ ਸਿਆਣੇ ਨਹੀਂ ਬਣਦੇ, ਜਿਵੇਂ ਵਿਕਾਰਾਂ ਦੀ ਮੰਡੀ ਵਿੱਚੋਂ ਬੁਰਾਈਆਂ ਖਰੀਦ ਕੇ ਹੀ ਆਪਣੇ ਨਾਲ ਇਹ ਚੁੱਕੀ ਫਿਰਦੇ ਨੇ। ਬਿੰਦ ਨਾ ਰੱਖਿਆ, ਸ਼ਬਦ ਨਾ ਭਾਖਿਆ, ਪਵਨ ਨਾ ਸਾਧਿਆ, ਸੱਚ ਨਾ ਅਰਾਧਿਆ। ਹੇ ਭਾਈ, ਇਹਨਾਂ ਮਖੱਟੂ ਜੋਗੀ ਸਾਧਾਂ ਨੇ ਕਾਮ ਵਾਸ਼ਨਾ 'ਤੇ ਕਾਬੂ ਨਹੀਂ ਰੱਖਿਆ, ਨਾ ਹੀ ਇਹਨਾਂ ਨੇ ਚੰਗੇਰੀ ਵਿੱਦਿਆ ਹਾਸਲ ਕੀਤੀ ਹੁੰਦੀ ਹੈ, ਨਾ ਆਪਣੀ ਬੋਲਬਾਣੀ ਨੂੰ ਮਿਠਾਸ ਭਰਪੂਰ ਬਣਾਇਆ ਹੈ, ਨਾ ਇਹ ਸੱਚਾਈ ਵਾਲੇ ਜੀਵਨ ਦੇ ਪੰਧੀ ਬਣ ਸਕੇ। ਆਪਣੀ ਜ਼ਿੰਦਗੀ ਇਹਨਾਂ ਨੇ ਤਾਂ ਸਮਝ ਲਓ ਬਰਬਾਦ ਹੀ ਕਰ ਲਈ ਸਾਰੀ ਜ਼ਿੰਦਗੀ। ਮਮਤਾ ਮੋਹ ਕਾਮਣ ਹਿਤਕਾਰੀ, ਨਾ ਅਵਧੂਤੀ ਨਾ ਸੰਸਾਰੀ। ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੈ, ਘਰ ਘਰ ਮੰਗਤ ਲਾਜ ਨਾ ਲਾਗੈ। ਹੇ ਭਾਈ, ਇਹ ਸਾਧ ਸੰਤ ਮਾਇਆ ਬਹੁਤ ਇਕੱਠੀ ਕਰਦੇ ਨੇ, ਕਾਮ ਵਾਸ਼ਨਾ ਵਿੱਚ ਅੰਨੇ ਹੋ ਕੇ ਪਰਾਏ ਥਾਵਾਂ 'ਤੇ ਸੰਬੰਧ ਬਣਾਉਂਦੇ ਨੇ, ਨਾ ਇਹ ਤਿਆਗੀ ਹਨ, ਨਾ ਇਹ ਗ੍ਰਸਤੀ ਹਨ। ਇਹਨਾਂ ਬੇਅਕਲ ਸਾਧਾਂ ਨੇ ਸਿਆਣਪ ਵਾਲਾ ਕੋਈ ਕੰਮ ਨਹੀਂ ਕੀਤਾ, ਅਗਰ ਇਹ ਸਿਆਣੇ ਹੁੰਦੇ ਤਾਂ ਸਮਾਜ ਦੇ ਭਲੇ ਵਾਸਤੇ ਕੋਈ ਪਰਉਪਕਾਰ ਕਰਦੇ, ਇਹਨਾਂ ਨੇ ਤਾਂ ਸ਼ਰਮ ਲਾ ਦਿੱਤੀ ਹੈ, ਪੇਟ ਪੂਰਤੀ ਵਾਸਤੇ ਘਰ ਘਰ ਮੰਗਦੇ ਫਿਰ ਰਹੇ ਨੇ। ਬਾਬਾ ਨਾਨਕ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ, ਧਰਮੀ ਧਰਮ ਕਰੈ ਗਵਾਵੈਂ, ਮੰਗੈ ਮੋਖ ਦੁਆਰ, ਜਤੀ ਸਦਾਵੈਂ ਜੁਗਤ ਨਾ ਜਾਣੈ, ਛੱਡ ਬਹੈ ਘਰ ਬਾਰ। ਹੇ ਭਾਈ, ਬਹੁਤ ਸਾਰੇ ਨਾ ਸਮਝ ਲੋਕ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ, ਧਾਰਮਿਕ ਵਿਖਾਵਾ ਤਾਂ ਕਰਦੇ ਨੇ, ਪਰ ਉਂਝ ਧਰਮ ਦਾ ਨੂੰ ਵੀ ਕਾਰੋਬਾਰ ਬਣਾ ਲਿਆ ਉਹਨਾਂ ਨੇ। ਕੁਝ ਲੋਕ ਜਤੀ ਹੋਣ ਦਾ ਪਖੰਡ ਕਰਦੇ ਨੇ, ਪਰਿਵਾਰ ਦੀ ਸੰਭਾਲ ਨਹੀਂ ਕਰਦੇ, ਬੱਚਿਆਂ ਨੂੰ ਬਿਲਕਦੇ ਛੱਡ ਕੇ ਘਰੋਂ ਦੌੜ ਜਾਂਦੇ ਨੇ। ਇਹਨਾਂ ਨੂੰ ਸੰਜਮ ਵਾਲੀ ਜ਼ਿੰਦਗੀ ਜਿਉਣ ਦੀ ਜਾਚ ਹੀ ਨਹੀਂ ਆਈ। ਅਜਿਹੇ ਸਾਧਾਂ ਤੋਂ, ਪਖੰਡੀਆਂ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ। ਅਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਹੋਰ ਬਹੁਤ ਸਾਰੇ ਰਾਹ ਦੱਸੇ ਨੇ ਜ਼ਿੰਦਗੀ ਜਿਉਣ ਦੇ, ਪਰ ਸਾਨੂੰ ਤਾਂ ਸਮਝ ਹੀ ਨਹੀਂ ਆਈ, ਜਿਹੜੇ ਚੰਗੇ ਰਾਹ ਸੀ ਉਹ ਛੱਡ ਦਿੱਤੇ। ਗੁਰੂ ਸਾਹਿਬ ਤਾਂ ਇੱਥੋਂ ਤੇ ਕਹਿੰਦੇ ਨੇ, ਬਿੰਦ ਤੇਜਨ ਪਿੰਡ ਕੀਆ, ਅਗਨ ਕੁੰਡ ਰਹਾਇਆ, ਦਸ ਮਾਸ ਮਾਤਾ ਉਧਰ ਰੱਖਿਆ, ਬਹੁਰ ਲਾਗੀ ਮਾਇਆ। ਹੇ ਭਾਈ, ਪਰਮੇਸ਼ਰ ਬੇਅੰਤ ਰਹਿਮਤਾਂ ਦਾ ਮਾਲਕ ਹੈ, ਉਸਨੇ ਪੁਰਸ਼ ਦੇ ਵੀਰ ਤੋਂ ਬੱਚਾ ਪੈਦਾ ਹੋਣ ਦਾ ਅਤਭੁਤ ਨਿਯਮ ਬਣਾ ਦਿੱਤਾ,
9 10 ਮਹੀਨਿਆਂ ਵਿੱਚ ਨਿੱਕੇ ਜਿਹੇ ਅਣੂ ਤੋਂ ਬਾਲਕ ਬਣ ਕੇ ਜਨਮ ਲੈਂਦਾ ਹੈ। ਸਮਾਜ ਵਿੱਚ ਆ ਕੇ ਇਨਸਾਨ ਕੁਰਾਹੇ ਪੈ ਜਾਂਦਾ, ਇਹਨੂੰ ਸਮਝ ਹੀ ਨਹੀਂ ਆਈ। ਪਾਠਕ ਜਨਾਂ ਨੇ ਹਰ ਇੱਕ ਜੀਵ, ਔਰਤ, ਮਰਦ, ਸਾਧ ਸੰਤ ਇਸੇ ਤਰੀਕੇ ਜਨਮ ਲੈਂਦਾ ਹੈ। ਕਿ ਇਹਨਾਂ ਸਾਧਾਂ ਸੰਤਾਂ ਨੇ ਮਾਤਾ ਪਿਤਾ ਤੋਂ ਜਨਮ ਨਹੀਂ ਲਿਆ? ਕਿ ਇਹ ਕਿਸੇ ਵੱਖਰੇ ਤਰੀਕੇ ਪੈਦਾ ਹੋਏ ਨੇ? ਅਤੇ ਲੋਕਾਂ ਨੂੰ ਇਹ ਘਟੀਆ ਦੱਸਦੇ ਨੇ ਅਤੇ ਆਪਣੇ ਆਪ ਨੂੰ ਸਭ ਤੋਂ ਉੱਤਮ ਦੱਸਦੇ ਨੇ। ਇਹ ਉੱਤਮ ਕਿਵੇਂ ਹੋ ਗਏ, ਕਦੀ ਸੋਚਿਆ ਇਸ ਬਾਰੇ? ਬਾਕੀ ਆਪਾਂ ਅਗਲੇ ਹਿੱਸੇ ਵਿੱਚ ਤੁਹਾਡੇ ਸਾਹਮਣੇ ਇਹ ਵਿਚਾਰ ਰੱਖਾਂਗੇ। ਅਤੇ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ 'ਚ ਬਹੁਤ ਉੱਤਮ ਦਰਜੇ ਦੀਆਂ ਸਿੱਖਿਆਵਾਂ ਦਿੱਤੀਆਂ ਨੇ, ਪਰ ਦੁਖਦਾਈ ਪੱਖ ਇਹ ਹੈ ਕਿ ਅਸੀਂ ਗੁਰਬਾਣੀ ਸਮਝ ਕੇ ਪੜ੍ਹਨ ਤੋਂ ਅਵੇਸਲੇ ਹੋ ਗਏ ਹਾਂ, ਅਸਮਰੱਥ ਹੋ ਗਏ ਹਾਂ। ਅਸੀਂ ਸਾਧਾਂ ਸੰਤਾਂ ਦੇ ਪੈਰਾਂ 'ਚ ਲੰਮੇ ਪੈ ਗਏ ਹਾਂ, ਉਹਨਾਂ ਦੀਆਂ ਝੂਠੀਆਂ ਬੇਸਿਰ ਪੈਰ ਦੀਆਂ ਕਹਾਣੀਆਂ ਸੁਣ ਕੇ ਸਮਾਂ ਬਰਬਾਦ ਕਰ ਰਹੇ ਹਾਂ ਅਤੇ ਆਪਣੀ ਜ਼ਿੰਦਗੀ ਉਹਨਾਂ ਦੇ ਪੈਰਾਂ 'ਚ ਹੀ ਗੁਜ਼ਾਰ ਰਹੇ ਹਾਂ। ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ। ਤੁਹਾਨੂੰ ਇੱਕ ਤਰ੍ਹਾਂ ਦਾ ਉਹਨਾਂ ਨੇ ਹੈਪਨੋਟਾਈਜ਼ ਕਰ ਦਿੱਤਾ ਹੈ, ਸਮੋਹਨ ਕਰ ਦਿੱਤਾ ਹੈ, ਅਤੇ ਤੁਸੀਂ ਹੋਰ ਸੋਚਣ ਸਮਝਣ ਤੋਂ ਅਸਮਰੱਥ ਹੋ ਗਏ ਹੋ। ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਕਿ ਗੁਰੂ ਸਾਹਿਬ ਗੁਰਬਾਣੀ ਰਾਹੀਂ ਕੀ ਕਹਿੰਦੇ ਨੇ, ਅਸੀਂ ਕੀ ਕਰ ਰਹੇ ਹਾਂ। ਹੋਈਆਂ ਭੁੱਲਾਂ ਲਈ ਖਿਮਾ। ਅਗਲਾ ਹਿੱਸਾ ਤੁਹਾਡੇ ਸਨਮੁੱਖ ਕੁਝ ਹੋਰ ਸਮੇਂ ਤੋਂ ਬਾਅਦ ਰੱਖ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।